ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਕਣਾ ਆਪਾਂ ਵੀਡੀਓ ਦੇਖੀ ਆ ਸਾਰਿਆਂ ਨੇ ਦੇਖੀ ਆ ਦੀਵਾਲੀ ਆ ਰਹੀ ਆ ਨੇੜੇ ਤੇ ਵੀਡੀਓ ਚ ਇਹ ਸੀਗਾ ਵੀ ਕਹਿੰਦੇ ਵੀ ਪਾਣੀ ਚ ਮੰਨ ਲਓ ਦੀਵੇ ਚੱਲ ਪੈਂਦੇ ਆ ਵੀ ਪਾਣੀ ਦੀਵਿਆਂ ਚ ਪਾਣੀ ਪਾ ਲੋ ਜਾਂ ਕੌਲੀ ਚ ਕਿਸੇ ਚ ਪਾਣੀ ਪਾ ਲੋ ਤੇ ਉਹਦੇ ਨਾਲ ਮੰਨ ਲਓ ਦੀਵੇ ਚੱਲੀ ਜਾਂਦੇ ਆ ਤੇ ਚੱਲਦੇ ਵੀ 7-8 ਘੰਟੇ ਆ ਤੇ ਅੱਜ ਆਪਾਂ ਵੀ ਮੰਨ ਲਓ ਸਮਾਨ ਕਰ ਲਿਆ ਤਿਆਰ ਤੇ ਬਣਾ ਕੇ ਦੇਖਦੇ ਆ ਵੀ ਸੱਚੂ ਹੀ ਇੰਨਾ ਚਿਰ ਚੱਲਦੇ ਆ ਜਾਂ ਨਹੀਂ ਚੱਲਦੇ ਆਜੋ ਤੁਹਾਨੂੰ ਦਿਖਾਈਏ ਕਿਰਾਂ ਆ ਲੈ ਲਿਆ ਜੀ ਆਪਾਂ ਜਿਵੇਂ ਕਹਿੰਦੇ ਸੀ ਇੱਕ ਪਲਾਸਟਿਕ ਚਾਹੀਦੀ ਆ ਫਾਈਲ ਪੇਪਰ ਜਾਂ ਉਹ ਲੈ ਲਿਆ ਤੇ ਆਹ ਬੱਤੀਆਂ ਬਣਾ ਕੇ ਤੇ ਆ ਇਹਦੇ ਨਾਲ ਐ ਨਘਾ ਲਿਆ ਫਾਈਲ ਪੇਪਰ ਚੋਂ ਤੇ ਆਪਿਆ ਤੇਲ ਤੇ ਮੋਮਬੱਤੀ ਚੱਲੀ ਜਾਂਦੀ ਆ ਪਹਿਲਾਂ ਅਸੀਂ ਚਲਾ ਕੇ ਦੇਖਿਆ ਸੀਗਾ ਆ ਸੀਖਾਂ ਲਿਖਦੀਆਂ ਹੋਣਗੀਆਂ ਮੱਛੀਆਂ ਤੇ ਆ ਆਏਗਾ ਇਹਦਾ ਚੱਲਿਆ ਨਹੀਂ ਤੇ ਹੁਣ ਆਪਾਂ ਦੂਜੇ ਦੇਖਦੇ ਆ ਲੈ ਵੀ ਚਲਾਓ ਫੇਰ ਪਾਣੀ ਪਾਉਨੇ ਆਪਾਂ ਹਾਂ ਪਹਿਲਾਂ ਇਹਦੇ ਚ ਪਾਣੀ ਪਾ ਦੇ ਆ ਦੂਜੇ ਦੀਵਾਂਤ ਵੀ ਪਾ ਦੇ ਕਰਾਂ ਪਾਣੀ ਥੋੜਾ ਥੋੜਾ ਇਹਨੂੰ ਊਣਾ ਰੱਖ ਲਈ ਪਾਣੀ ਮੰਨ ਲਾ ਵੀ ਉਹਨਾਂ ਕਾ ਥੋੜਾ ਜਿਹਾ ਹੋ ਹੋਵੇ ਬਸ ਇੰਨਾ ਕੀ ਬੋਤਾ ਉਹ ਦੇਖੋ ਲੈ ਚੱਕ ਤੇਲ ਚੱਕ ਉਹ ਪਿਆ ਜਿਹੜਾ ਇੱਕ ਚਮਚਾ ਕਿਹਾ ਸੀ ਉਹਨਾਂ ਨੇ ਪਹਿਲਾਂ ਬੱਤੀਆਂ ਤੇ ਲਾ ਲਾ ਜਾਂਦਾ ਆ ਬੱਤੀਆਂ ਤੇ ਲਾ ਦੇ ਉਹ ਉਹ ਘਰ ਉਹਦੇ ਨਾਲ ਲਾ ਦੇ ਆ ਇਹਨਾਂ ਦਾ ਬਸ ਠੀਕ ਹੈ ਇੱਕ ਚਮਚਾ ਇਹਦੇ ਚ ਪਾ ਦੇ ਹਾਂ ਬੱਸ ਆ ਇਹਦੇ ਤੇ ਬੱਤੀ ਤੇ ਲੱਗਾ ਤੇਲ ਹਨਾ ਇਹਨੂੰ ਐਂ ਧਰ ਦੇ ਬੱਸ ਧਰ ਡੁੱਬ ਤਾਂ ਨਹੀਂ ਗਈ ਬੱਤੀ ਤਾਂ ਆ ਨਹੀਂ ਡੁੱਬੀ ਬੱਸ ਲੱਲਾ ਇਹਨੂੰ ਮੋਂ ਬੱਤੀ ਨਾਲ ਅੱਗ ਲਾ ਦੇ ਇਹਦੇ ਚੋਂ ਇਹ ਪਉਣਾ ਦੇਖ ਲੈ ਲੈ ਚੱਲਦੀ ਹੈ ਲੈ ਦੇਖਦੇ ਆਂ ਬਾਈ ਇਹ ਚੱਲਿਆ ਪਹਿਲਾਂ ਵਾਲਾ ਤਾਂ ਚਰਚਰ ਜੇ ਕਰ ਗਿਆ ਕੇਰਾ ਚੱਲ ਕੇ ਇਹਨੂੰ ਹੱਥ ਨਾਲ ਲਾ ਦੇ ਤੇ ਤੇਲ ਬੱਤੀ ਤੇ ਉਵੇਂ ਜਿਵੇਂ ਉਹਨਾਂ ਨੇ ਲਾਇਆ ਉਹਨਾਂ ਨੇ ਤਾਂ ਵੈਸੇ ਉਹਨਾਂ ਨੇ ਤਾਂ ਜਮੇ ਮਾੜਾ ਮਾੜਾ ਲਾਇਆ ਸੀ ਚੱਲ ਤੂੰ ਬੱਤੀ ਤੇ ਉਹਨਾਂ ਕ ਲਾ ਦੇ ਬਸ ਜਿੰਨਾ ਕੋ ਬਸ ਬਹੁਤ ਹੈ ਬਹੁਤ ਅਤਾਰੇ ਥੇ ਕੇਰਾ ਇਹਦੇ ਚੋਂ ਇੱਕ ਚਮਚਾ ਇੱਕ ਚਮਚਾ ਇਹਦੇ ਚ ਹਾਂ ਤੇਲ ਦਾ ਬਾਅਦੇ ਉੱਤੇ ਬੱਤੀ ਜੀ ਤੇਲ ਦੇ ਉੱਤੇ ਜੇ ਧਰਨੀ ਕੇਰਾ ਇਹ ਆਏ ਜਿਵੇਂ ਕਮਾ ਕੇ ਜੇ ਤਰੀ ਸੁਣਾ ਨੇ ਆ ਲੱਗੇ ਤੇਰੇ ਤੇ ਚਰਜ ਕਰਨਾ ਹਨ ਲੈ ਵੀ ਆ ਤਾਂ ਬੁੱਝ ਗਿਆ 8 ਘੰਟਿਆਂ ਵਾਲਾ ਹਾਂ 8 ਘੰਟਿਆਂ ਵਾਲਾ ਇਹ ਤਾਂ ਬੁੱਝ ਗਿਆ ਹੁਣ ਉਹ ਦੂਜਾ ਦੇਖਦੇ ਆਪਾਂ ਵੀ ਚੱਲਦਾ ਹੈ ਕਿ ਨਹੀਂ ਚੱਲਦਾ ਸਾਰਿਆਂ ਤੇ ਐਕਸਪੈਰੀਮੈਂਟ ਕਰਾਂਗੇ ਦੀਵਿਆਂ ਦੇ ਵੀ ਕਰਾਂਗੇ ਦੀਵਿਆਂ 'ਚ ਵੀ ਉਹਦਾ ਲੰਮੀ ਬੱਤੀ ਨਾਲ ਵੀ ਕਹਿੰਦੇ ਸੀ ਚਲਾ ਦਿੰਨੇ ਆਪਾਂ ਕੀ ਪਤਾ ਚੱਲ ਹੀ ਪਵੇ ਚਲਾ ਕੇ ਦੇਖ ਦੂਰੀਆ ਚੱਲਦਾ ਹੈ ਕਿ ਨਹੀਂ ਆਹ ਦੋ ਬੰਦੇ ਬੈਠੇ ਆ ਇਥੇ ਦੇਖ ਰਹੇ ਆ ਹਣੀ ਜਿਹੜੇ ਦੁਕਾਨਾਂ ਤੋਂ ਮਿਲਦੇ ਆ ਉਹ ਚੱਲਦੇ ਹੁੰਦੇ ਆ ਬਾਬਾ ਚਰਾ ਉਹਨਾਂ 'ਚ ਵੀ ਪਾਣੀ ਪਾਇਆ ਹੁੰਦਾ ਹੈ ਹਾਂ ਦਾਤਾ ਪਾਣੀ ਪਾਣੀ ਚ ਪਾਇਆ ਹੈ ਲੈ ਆਹ ਦਾ ਬੁੱਝ ਗਿਆ ਦਵਾਰੇ ਵੀ ਬੁੱਝ ਗਿਆ ਉਹ ਚੱਲੀ ਜਾਂਦਾ ਹੈ ਨਾ ਇਹ ਤਾਂ ਫੇਰ ਆਪਾਂ ਹੁਣੀ ਚਲਾਇਆ ਹੈ ਹਾਂ ਚਲਾਇਆ ਤਾਂ ਉਹਨਾਂ ਨੂੰ ਦੇਖਦੇ ਆਂ ਕਿ ਦੇਖ ਕਿਵੇਂ ਚੱਲਦਾ ਕਿ ਚੱਲਦਾ ਨਹੀਂਗਾ ਉਹਨਾਂ 'ਚ ਮੋਮ ਮਾਮ ਪਾਈ ਹੋ ਜਾਂ ਕਿਵੇਂ ਆ ਇਹ ਆਇਆ ਹੁੰਦਾ ਨਾ ਕਈ ਵਾਰੀ ਗੱਪ ਮਾਰੀ ਜਾਂਦੇ ਰਹਿੰਦੇ ਬੇਵਕੂਫ ਬਣਾਈ ਜਾਂਦੇ ਰਹਿੰਦੇ ਲੋਕ ਪਹਿਲਾਂ ਗੋਭੀ ਖਰਾਬ ਕਰ ਲਈ ਸੀ ਕਿਲੋ ਜਦੋਂ ਵਾਲ ਕੇ ਗੋਭੀ ਬਣਾਈ ਸੀ ਪਤਾ ਨਹੀਂ ਕਿਵੇਂ ਸੀ ਬਸ ਆ ਇਹਦੇ ਆਹ ਹਾਤਾ ਚੱਲ ਰਿਹਾ ਹੈ ਹਨਾ ਦੇਖਦੇ ਆ ਆਪਾਂ ਦੁਬਾਰੇ ਵੀ ਬਈ ਵੀਡੀਓ ਬਣਾਵਾਂਗੇ ਵੀ ਇਹ ਚੱਲਿਆ ਜਾਂ ਨਹੀਂ ਚੱਲਿਆ ਆ ਦੇਖੋ ਹੁਣ ਇਹਨਾਂ ਦਾ ਦੀਵਿਆਂ ਦਾ ਦੇਖ ਲੈਨੇ ਆਂ ਆਪਾਂ ਦੇਖੋ ਦੀਵੇ ਹਾਂ ਦੀਵੇ ਚ ਧਰਦੇ ਬਸ ਇੱਕ ਚਮਚਾ ਤੇਲ ਦਾ ਪਾ ਦੇ ਥੋੜਾ ਪਾਵਾਂਗੇ ਆਪਾਂ ਉਹ ਤਾਂ ਆਏ ਆ ਨਾ ਚਾਹ ਲੈ ਇੱਕ ਪਾ ਦੇ ਚਾਹੇ ਦੇਖ ਲੈਨੇ ਇੱਕ ਚਮਚੇ ਨਾਲ ਤੱਕ ਜੀ ਫਰਕ ਪੈਂਦਾ ਹਾਂ ਇਸ ਨਾਲ ਬੱਧੀ ਘਟਦੀ ਹੈ ਬਸ ਕੋਈ ਨਾ ਇਹਦਾ ਉਹਦੇ ਉੱਤੇ ਪਾਣੀ ਸੀ ਤੈਰਨਾ ਆ ਵੀ ਕਰ ਗਿਆ ਚਿਰ ਚਿਰ ਜੇ ਇੱਕ ਤਾਂ ਬੁੱਝ ਗਿਆ ਦੂਜਾ ਵੀ ਇਹ ਜਿੰਨਾ ਚੱਕ ਬੱਤੀ ਚ ਤੇਲ ਹੁੰਦਾ ਭਾਈ ਉਹਨਾਂ ਚੀਂ ਚੱਲਦਾ ਹੈ ਉਦੋਂ ਬਾਅਦ ਬੁੱਝ ਜਾਂਦਾ ਹੈ ਇਹ ਕਰਕੇ ਤਾਂ ਬਹੁਤ ਨੇ ਦੇਖਿਆ ਹੋਊਗਾ ਵੀ ਚੱਲਦਾ ਹੈ ਕਿ ਨਹੀਂ ਚੱਲਦਾ ਦੇਖ ਲੋ ਆ ਤੁਹਾਡੇ ਸਾਹਮਣੇ ਆ ਦੋਨੇ ਪਏ ਆ ਬੁਝੇ ਇਹਨਾਂ ਚ ਪਾਣੀ ਪਾਇਆ ਸੀਗਾ ਤੇ ਆ ਪਏ ਆ ਦੋਨੇ 부জে ਤੇ ਹੁਣ ਆਹ ਇਹ ਤਾਂ ਬੱਤੀ ਵੀ ਛੋਟੀ ਆ ਬੀ ਵਿੱਚ ਚਲਾਇਆ ਸੀ ਬੱਤੀ ਵੀ ਬਹੁਤ ਵੱਡੀ ਆ ਉਹ ਕਰੀ ਹਾਂ ਬੱਤੀ ਵੀ ਹਾਂ ਉਹਦਾ ਜਮੇ ਛੋਟੀ ਜੀ ਸੀ ਬੱਤੀ ਬਸ ਆ ਤਾਂ ਰਹਿਣ ਦੇ ਕਿਸੇ ਦੇ ਚ ਵੀ ਚਲਾਉਣਾ ਚਲਾ ਦੇ ਚਲਾ ਲੈ ਚਲਾ ਲੈ ਕੀ ਕਹਿੰਦਾ ਐ ਕਿ ਇੱਕ ਜਮ ਜਆ ਪਾ ਦਿਓ ਤਾਂ ਕਹਿੰਦੇ ਕਹਿੰਦੇ ਜੇ 7 8 ਘੰਟਿਆਂ ਤੋਂ ਜ਼ਿਆਦਾ ਚਲਾਉਣਾ ਤਾਂ ਕਹਿੰਦੇ ਚਮਚੇ ਦੋ ਪਾ ਦਿਓ ਤੇਲ ਦੇ ਬਸ ਹਾਂ ਦੇਖੇ ਤਾਂ ਹੈ ਨਹੀਂ ਫਿਰ ਤਾਂ ਕਹਿੰਦੇ ਲੀਟਰ ਦੇ ਦੋ ਡੂੜ ਲੀਟਰ ਤੇਲ ਦੀ ਬਚਤ ਹੋ ਜਾਂਦੀ ਹੈ ਸਰੋਂ ਦੇ ਦੀ ਫਿਰ ਤਾਂ ਹਰੇਕ ਹੀ ਕਰ ਲੈ ਹਾਂ ਤਾਂ ਕੰਮ ਹੀ ਥੋੜਾਗਾ ਅੱਧਾ ਚਮਚਾ ਤੇਲ ਦਾ ਪਾ ਕੇ ਹਾਂ ਆ ਦੇਖ ਲਓ ਭਾਈ ਦੋ ਤਾਂ ਬੁੱਝ ਗਏ ਆ ਤੀਜਾ ਵੀ ਬੁੱਝ ਗਿਆ ਹਾਂ ਆ ਦੇਖ ਲਓ ਤੀਜਾ ਵੀ ਬੁੱਝ ਗਿਆ ਇਹਦਾ ਮਿੰਟ ਤੋਂ ਨਹੀਂ ਚੱਲਦਾ ਇਹਦਾ ਐ ਜੇ ਚਿਰ ਚਿਰ ਜੇ ਚਿਰ ਚਿਰ ਜੇ ਕਰਕੇ ਬੁੱਝ ਜਾਂਦੇ ਆ ਮਿੰਟ ਇਹ ਸਹੀ ਅੱਧਾ ਵੀ ਨਹੀਂ ਚੱਲੇ ਹਾਂ ਵੁੱਜ ਜਾਂਦੇ ਦੂਜੇ ਦਾ ਹਾਂ ਉਹ ਤਾਂ ਵੱਧ ਤਾਂ ਚੱਲਣੀ ਤੀ ਸੀਗੇ ਅੱਧਾ ਮਿੰਟ ਵੀ ਨਹੀਂ ਚੱਲੇ ਇਹ ਆਉ ਦੂਜਾ ਵੀ ਵੁੱਜ ਗਿਆ ਜਮਾ ਓਵੇਂ ਕਰਿਆ ਬਾਈ ਉਹੀ ਸਮਾਨ ਆ ਇਹਦੇ ਚ ਪਾਣੀ ਆ ਆ ਤੇਲ ਪਿਆ ਸਰੋਂ ਦਾ ਪਲਾਸਟਿਕ ਦਾ ਆ ਪਲਾਸਟਿਕ ਦਾ ਆ ਸੀਗਾ ਤੇ ਓਵੇਂ ਆ ਹਾ ਰੂਹ ਦੀਆਂ ਹਾਂ ਰੂਹ ਦੀਆਂ ਕਾਉਟਣ ਦੀਆਂ ਬੱਟੀਆਂ ਨੇ ਆਹ ਬੱਤੀਆਂ ਤੇ ਆ ਦੋਨੇ ਆ ਵੀ ਬੁਝ ਗਏ ਜਿਵੇਂ ਉਹਨਾਂ ਨੇ ਕਿਹਾ ਬੱਤੀ ਤੇ ਤੇਲ ਲਾਉਣਾ ਤੇ ਚੰਚਾ ਤੇਲ ਦਾ ਪਾਣੀ ਚ ਪਾਉਣਾ ਉਹ ਸਾਰਾ ਪ੍ਰੋਸੀਜਰ ਕਰਿਆ ਹੈਗਾ ਹਾਂ ਲਿਆਂਦੀ ਦਾ ਹਾ ਤੂਫ ਵੀ ਸੀਗੀ ਵੀ ਖੁਸ਼ਬੂ ਆਊਗੀ ਇਕ ਕੋਲੀਆਂ ਕੂਲੀਆਂ ਆਈਆਂ ਵੀ ਐ ਚ ਲਿਆਂਦੀਆਂ ਵੀ 7-8 ਘੰਟੇ ਚੱਲੂ ਆ ਪਏ ਆ ਬੁਝੇ ਬਾਈ ਜਮਾ ਫੇ ਕਹੇ ਕੰਮ ਤੇ ਇਹ ਇਹ ਨਹੀਂ ਤਾਂ ਦੀਵੇ ਤੇਲ ਦੇ ਹੀ ਲਾਉਂਦੇ ਆ ਜਾਂ ਦੀਵੇ ਚੱਲਦੇ ਹੀ ਨਹੀਂ ਹੁੰਦੇ ਚੱਲਦੇ ਹੈ ਪਾਣੀ ਪੱਕ ਬਣਾਉਂਦੇ ਆ ਪਾਣੀ ਪੂਣੀ ਨਾਲ ਜਮਾ ਨਹੀਂ ਚਲਦੇ ਆ ਪਏ ਆ 부ਝੇ ਤੇ ਵੀਡੀਓ ਵਾਈ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਤਾਂ ਕਿ ਆ ਪਾਣੀ ਵਾਲੇ ਦੀਵਿਆਂ ਦਾ ਵੀ ਪਤਾ ਲੱਗ ਜੇ ਵੀ ਚਲਦੇ ਆ ਕਿ ਚਲਦੇ ਨਹੀਂ ਨਾ ਕਰੇ ਵੀ ਇਹ ਚੀਜ਼ਾਂ ਫੇਕ ਹੁੰਦੀਆਂ ਨੇ ਹਾਂ ਹਾਂ ਦੱਸਦੇ ਆਗੇ ਹਾਂ ਸਹੀ ਗੱਲ ਆ ਦੇਖ ਲਓ ਤੁਸੀਂ ਜਮਾ ਨਹੀਂ ਚੱਲੇ ਧੰਨਵਾਦ ਜੀ ਵੀਡੀਓ ਸ਼ੇਅਰ ਕਰ ਦਿਓ